ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਆਪ ਸਭ ਜੀ ਦਾ ਸਵਾਗਤ ਹੈ। ਪਿਆਰੇ ਦੋਸਤੋ, ਹਾਜ਼ਰ ਹੋਏ ਹਾਂ ਅੱਜ ਦੀ ਵੱਡੀ ਅਪਡੇਟ ਦੇ ਨਾਲ। ਪੰਜਾਬ ਸਿਕਸ ਪੇ ਕਮਿਸ਼ਨ ਨਿਊਜ਼, ਮੁਲਾਜ਼ਮਾਂ ਅਤੇ ਪੈਨਸ਼ਨਰਸ ਲਈ ਵੱਡੀ ਖੁਸ਼ਖਬਰੀ। ਮੁਲਾਜ਼ਮਾਂ ਅਤੇ ਪੈਨਸ਼ਨਰਸ ਦੀ ਲੰਬੇ ਸਮੇਂ ਦੀ ਮੰਗ ਨੂੰ ਪੂਰਾ ਕਰਨ ਲਈ ਪੰਜਾਬ ਸਰਕਾਰ ਵੱਲੋਂ ਨਵਾਂ ਨੋਟੀਫਿਕੇਸ਼ਨ ਕੀਤਾ ਗਿਆ ਜਾਰੀ। ਦੋਸਤੋ, ਇਸ ਸੰਬੰਧੀ ਸਾਰੀ ਜਾਣਕਾਰੀ ਤੁਹਾਨੂੰ ਅਸੀਂ ਅੱਜ ਦੀ ਇਸ ਵੀਡੀਓ ਰਾਹੀਂ ਦੇਣ ਜਾ ਰਹੇ ਹਾਂ। ਦੋਸਤੋ, ਇਸ ਵੀਡੀਓ ਨੂੰ ਵੱਧ ਤੋਂ ਵੱਧ ਸਭ ਦੇ ਨਾਲ ਸ਼ੇਅਰ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ। ਸੋ ਪਿਆਰੇ ਦੋਸਤੋ, ਹੁਣ ਅਸੀਂ ਆਪਣੀ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਦੋਸਤੋ, ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਪੰਜਾਬ ਵਿੱਚ 6ਵਾਂ ਪੇ ਕਮਿਸ਼ਨ ਲਾਗੂ ਹੋਇਆ ਸੀ। 6ਵਾਂ ਪੇ ਕਮਿਸ਼ਨ ਲਾਗੂ ਹੋਣ ਤੋਂ ਬਾਅਦ ਜੋ ਮੁਲਾਜ਼ਮਾਂ ਦੇ 37 ਪ੍ਰਕਾਰ ਦੇ ਭੱਤੇ ਸਨ, ਜਿਸ ਦੇ ਵਿੱਚ ਕਾਫੀ ਭੱਤੇ ਤਾਂ ਪਹਿਲਾਂ ਹੀ ਬੰਦ ਕਰ ਦਿੱਤੇ ਗਏ ਸਨ, 6ਵੇਂ ਪੇ ਕਮਿਸ਼ਨ ਦੌਰਾਨ ਪੇਂਡੂ ਏਰੀਆ ਭੱਤਾ ਜੋ ਹੈ ਅਤੇ ਬਾਰਡਰ ਏਰੀਆ ਭੱਤਾ ਅਤੇ ਹੋਰ ਕਾਫੀ ਭੱਤੇ ਜੋ ਹਨ ਬੰਦ ਕਰ ਦਿੱਤੇ ਗਏ ਸਨ, ਜਿਸ ਨੂੰ ਬਹਾਲ ਕਰਨ ਦੇ ਲਈ ਲਗਾਤਾਰ ਜੋ ਹੈ ਮੰਗ ਕੀਤੀ ਜਾ ਰਹੀ ਹੈ। ਦੋਸਤੋ, ਆਪ ਜੀ ਨੂੰ ਦੱਸ ਦਈਏ ਕਿ ਹੁਣ ਨੋਟੀਫਿਕੇਸ਼ਨ ਜਾਰੀ ਹੋਇਆ ਹੈ, ਜਿਸ ਦੇ ਵਿੱਚ ਲਿਖਿਆ ਗਿਆ ਹੈ ਕਿ ਇੰਪਲੀਮੈਂਟੇਸ਼ਨ ਆਫ ਰਿਕਮੈਂਡੇਸ਼ਨ ਆਫ 6 ਪੰਜਾਬ ਪੇ ਕਮਿਸ਼ਨ, ਰੈਸ਼ਨਲਾਈਜੇਸ਼ਨ ਆਫ ਐਗਜ਼ਿਸਟਿੰਗ 37 ਅਲਾਉਂਸਿਸ। ਇਸ ਦੇ ਵਿੱਚ ਦੋਸਤੋ 37 ਪ੍ਰਕਾਰ ਦੇ ਭੱਤੇ ਲਿਖੇ ਗਏ ਹਨ। ਦੋਸਤੋ, ਇਸ ਦੇ ਵਿੱਚ ਲਿਖਿਆ ਗਿਆ ਹੈ ਕਿ ਅਪਰੋਕ ਵਿਸ਼ੇ ਦੇ ਹਵਾਲਾ ਅਧੀਨ ਪੱਤਰ ਰਾਹੀਂ ਵਿੱਤ ਵਿਭਾਗ ਵੱਲੋਂ 37 ਪ੍ਰਕਾਰ ਦੇ ਜੋ ਭੱਤੇ ਹਨ ਉਹਨਾਂ ਨੂੰ ਸੰਬੰਧੀ ਸੂਚਨਾ ਜੋ ਹੈ ਹੇਠ ਲਿਖੇ ਦਰਸਾਏ ਪਰਫਾਰਮੇ ਵਿੱਚ ਮੰਗੀ ਗਈ ਹੈ। ਦੋਸਤੋ, ਇਸ ਦੇ ਵਿੱਚ ਲਿਖਿਆ ਗਿਆ ਹੈ ਕਿ ਜੋ ਅਲਾਊਂਸ ਦਾ ਨਾਮ ਕੀ ਹੈ, ਕੈਟੇਗਰੀ ਜਿਸ ਨੂੰ ਇਹ ਅਲਾਊਂਸ ਮਿਲ ਰਿਹਾ ਹੈ ਜਾਂ ਮਿਲਣ ਯੋਗ ਹੈ, ਮੁਲਾਜ਼ਮਾਂ ਦੀ ਗਿਣਤੀ, 5ਵੇਂ ਪੇ ਕਮਿਸ਼ਨ ਅਨੁਸਾਰ ਅਲਾਊਂਸ ਦੀ ਰਕਮ, 5ਵੇਂ ਪੇ ਕਮਿਸ਼ਨ ਅਨੁਸਾਰ ਅਲਾਊਂਸ ਦਾ ਵਿੱਤੀ ਬੋਝ, ਪ੍ਰਬੰਧਕੀ ਵਿਭਾਗਾਂ ਵੱਲੋਂ ਅਲਾਊਂਸ ਰਿਵਾਈਜ਼ ਕਰਨ ਸੰਬੰਧੀ ਤਜਵੀਜ਼ਤ ਰਕਮ ਨਾਲ ਪੈਣ ਵਾਲਾ ਵਿੱਤੀ ਬੋਝ। ਸੋ ਦੋਸਤੋ, ਇਸ ਸੰਬੰਧੀ ਜਾਣਕਾਰੀ ਜੋ ਹੈ ਵੱਖ ਵੱਖ ਵਿਭਾਗਾਂ ਤੋਂ ਮੰਗੀ ਗਈ ਹੈ। ਦੋਸਤੋ, ਆਉਣ ਵਾਲੇ ਸਮੇਂ ਵਿੱਚ ਜਲਦ ਹੀ ਜੋ 37 ਪ੍ਰਕਾਰ ਦੇ ਭੱਤੇ ਹਨ ਇਹਨਾਂ ਨੂੰ ਰੈਸ਼ਨਲਾਈਜ਼ ਕਰਕੇ ਜੋ ਭੱਤੇ ਬਹਾਲ ਕਰਨੇ ਹਨ ਸਰਕਾਰ ਵੱਲੋਂ ਬਹਾਲ ਕੀਤੇ ਜਾਣਗੇ। ਧੰਨਵਾਦ।